ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਸਿੱਖ ਵਿਜ਼ਨ। ਮਾਲਵੇ ਦੀ ਧਰਤੀ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਉਂ ਦਾ ਪਵਿੱਤਰ ਇਤਿਹਾਸਿਕ ਨਗਰ ਕੌਂਕੇ। ਉਹ ਪਾਕ ਨਗਰ ਜਿਸ ਨੂੰ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੰਧ ਖਿੱਤੇ ਦੀ ਯਾਤਰਾ ਸਮੇਂ ਇੱਕ ਗੁਰਸਿੱਖ ਰੂਹ ਭਾਈ ਹੀਰਾ ਜੀ ਦੀ ਕੀਰਤਨ ਸੇਵਾ ਤੋਂ ਖੁਸ਼ ਹੋ ਕੇ ਵਰ ਦਿੱਤਾ ਸੀ ਕਿ ਇੱਥੇ ਬਹੁਤ ਸਾਰੇ ਹੀਰੇ ਪੈਦਾ ਹੋਣਗੇ। ਕੌਂਕੇ ਨਗਰ ਦੀ ਧਰਤੀ ਤੋਂ ਸੱਚਮੁੱਚ ਹੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਮਹਾਨ ਮਾਤਾ ਕਿਸ਼ਨ ਕੌਰ ਕੌਂਕੇ, ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਵਰਗੇ ਕਈ ਹੀਰੇ ਪੈਦਾ ਹੋਏ ਜਿਨ੍ਹਾਂ ਨੇ ਸਿੱਖ ਧਰਮ ਦੀ ਸੇਵਾ ਕਰਦਿਆਂ ਸਿੱਖ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਅੱਜ ਗੱਲ ਕਰਾਂਗੇ ਉਸ ਅਣਮੁੱਲੇ ਹੀਰੇ ਦੀ ਬਾਬਤ, ਪਵਿੱਤਰ ਰੂਹ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦੀ ਬਾਬਤ, ਜਿਨ੍ਹਾਂ ਨੇ 1986 ਤੋਂ 1993 ਤੱਕ 7 ਸਾਲ ਲਈ ਪਵਿੱਤਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਹੋਣ ਦਾ ਮਾਣ ਸਿੱਖ ਪੰਥ ਸਿੱਖ ਇਤਿਹਾਸ ਵਿੱਚ ਪ੍ਰਾਪਤ ਕੀਤਾ। ਜਥੇਦਾਰ ਸਾਹਿਬ ਜੀ ਦਾ ਜਨਮ ਭਾਈ ਗੁਰਦਿਆਲ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਚੰਦ ਕੌਰ ਜੀ ਦੀ ਪਵਿੱਤਰ ਕੁੱਖੋਂ 1949 ਵਿੱਚ ਹੋਇਆ। ਗੁਰਸਿੱਖੀ ਦੀ ਗੁੜਤੀ ਆਪ ਜੀ ਦੇ ਖੂਨ ਵਿੱਚ ਸੀ। ਆਪ ਜੀ ਦੇ ਦਾਦਾ ਜੀ ਨਾਨਕਸਰ ਸੰਪਰਦਾ ਦੇ ਵੱਡੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਦੇ ਸੰਗੀ ਸਨ। ਦੁਨਿਆਵੀ ਪੜ੍ਹਾਈ ਦਾ ਸਫ਼ਰ 6ਵੀਂ ਜਮਾਤ ਤੱਕ ਕੀਤਾ, ਉਪਰੰਤ ਗੁਰਮਤਿ ਦੀ ਪੜ੍ਹਾਈ ਵੱਲ ਕਦਮ ਪੁੱਟਿਆ। ਵਿੱਦਿਆ ਮਾਰਤੰਡ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਗੀ ਬਾਬਾ ਵੀਰ ਸਿੰਘ ਮੱਦੋਕੇ ਅਤੇ ਗਿਆਨੀ ਇੰਦਰ ਸਿੰਘ ਬੱਦਨੀ ਵਾਲਿਆਂ ਕੋਲੋਂ ਧਾਰਮਿਕ ਵਿੱਦਿਆ ਪ੍ਰਾਪਤ ਕਰਦਿਆਂ ਦਮਦਮੀ ਟਕਸਾਲ ਨਾਲ ਜੁੜ ਗਏ। ਸੰਨ 1970 ਵਿੱਚ ਆਪ ਜੀ ਦੇ ਗੁਰਮਤ ਮਰਿਆਦਾ ਅਨੁਸਾਰ ਬੀਬੀ ਗੁਰਮੇਲ ਕੌਰ ਜੀ ਨਾਲ ਆਨੰਦ ਕਾਰਜ ਹੋਏ, ਉਪਰੰਤ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪ ਜੀ ਦੇ ਘਰ 3 ਭੁਚੰਗੀ ਅਤੇ 4 ਭੁਚੰਗਣਾਂ ਦਾ ਜਨਮ ਹੋਇਆ। ਜਥੇਦਾਰ ਸਾਹਿਬ ਬਾਣੀ ਅਤੇ ਬਾਣੀ ਨੂੰ ਅਥਾਹ ਪਿਆਰ ਕਰਦੇ ਸਨ। ਇੱਕ ਚਸ਼ਮਦੀਦ ਗਵਾਹ ਦਾ ਕਹਿਣਾ ਹੈ, ਜਦੋਂ ਮੈਂ ਜਥੇਦਾਰ ਸਾਹਿਬ ਨੂੰ ਨਿਤਨੇਮ ਬਾਰੇ ਪੁੱਛਿਆ ਤਾਂ ਭਾਈ ਸਾਹਿਬ ਨੇ ਜਵਾਬ ਦਿੱਤਾ, ਇਸ ਨਿਮਾਣੇ ਸੇਵਕ ਨੂੰ ਗੁਰੂ ਦੀ ਕਿਰਪਾ ਨਾਲ 29 ਬਾਣੀਆਂ ਕੰਠ ਹਨ ਜੋ ਮੇਰੇ ਨਿਤਨੇਮ ਦਾ ਹਿੱਸਾ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬ ਸੁਖਮਨੀ ਸਾਹਿਬ ਅਤੇ ਚੌਪੀ ਸਾਹਿਬ ਦੀ ਬਖਸ਼ਿਸ਼ ਕਰਦੇ ਹਨ। 26 ਜਨਵਰੀ 1986 ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਰਬੱਤ ਖਾਲਸਾ ਦਾ ਵਿਸ਼ਾਲ ਪੰਥਕ ਇਕੱਠ ਹੋਇਆ, ਜਿਸ ਵਿੱਚ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਲਾਨ ਕੀਤਾ ਗਿਆ। ਪਰ ਉਹਨਾਂ ਦੇ ਉਸ ਸਮੇਂ ਜੇਲ੍ਹ ਵਿੱਚ ਹੋਣ ਕਾਰਨ ਭਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਉਹਨਾਂ ਦੀਆਂ ਪੰਥਕ ਸੇਵਾਵਾਂ ਦੇਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਐਲਾਨ ਕੀਤਾ ਗਿਆ। ਜਥੇਦਾਰ ਸਾਹਿਬ ਨੇ ਇਸ ਪੰਥਕ ਅਹੁਦੇ 'ਤੇ ਰਹਿੰਦਿਆਂ ਬੇਖੌਫ ਹੋ ਕੇ ਸਿੱਖੀ ਪਰੰਪਰਾ ਅਨੁਸਾਰ ਮਰਿਆਦਾ ਨੂੰ ਕਾਇਮ ਰੱਖਿਆ ਅਤੇ ਇੱਕ ਬੇਦਾਗ ਸ਼ਖਸੀਅਤ ਵਜੋਂ ਆਪਣਾ ਕਿਰਦਾਰ ਸਿੱਖ ਇਤਿਹਾਸ ਵਿੱਚ ਦਰਜ ਕਰਵਾਇਆ। ਜਥੇਦਾਰ ਸਾਹਿਬ ਜਿੱਥੇ ਇੱਕ ਮਹਾਨ ਧਾਰਮਿਕ ਹਸਤੀ ਸਨ, ਉੱਥੇ ਹੀ ਜਦੋਂ ਆਪ ਜੀ ਨਗਰ ਕੌਂਕੇ ਜਾਂਦੇ, ਆਮ ਲੋਕ ਆਪ ਜੀ ਕੋਲ ਘਰੇਲੂ ਅਤੇ ਸਮਾਜਿਕ ਮਸਲੇ ਹੱਲ ਕਰਾਉਣ ਲਈ ਆਉਂਦੇ ਸਨ। ਕਿਸੇ ਦੀ ਧੀ ਭੈਣ ਦਾ ਮਸਲਾ ਹੁੰਦਾ ਸੀ, ਕਿਸੇ ਦੀ ਜ਼ਮੀਨ ਜਾਇਦਾਦ ਦਾ ਮਸਲਾ ਹੁੰਦਾ ਸੀ। ਲੋਕਾਂ ਦੇ ਇਹ ਸਾਰੇ ਮਸਲੇ ਭਾਈ ਸਾਹਿਬ ਦੇ ਇੱਕ ਬੋਲ 'ਤੇ ਨਿਰਪੱਖਤਾ ਨਾਲ ਹੱਲ ਹੋ ਜਾਂਦੇ ਸਨ। 25 ਦਸੰਬਰ 1992 ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਉਹਨਾਂ ਦੇ ਨਗਰ ਕੌਂਕੇ ਤੋਂ SSP ਸਵਰਨਕੋਟ ਨੇ DSP ਕਵਲਜੀਤ ਸੰਧੂ, SHO ਗੁਰਮੀਤ ਸਿੰਘ ਅਤੇ ਪੁਲਿਸ ਫੋਰਸ ਲੈ ਕੇ ਗ੍ਰਿਫਤਾਰ ਕਰ ਲਿਆ। ਕੁਦਰਤੀ ਉਸ ਸਮੇਂ ਬੁੱਚੜ KPS ਗਿੱਲ ਨੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸਨ, ਜਿਸ ਵਿੱਚ SSP ਸਵਰਨਕੋਟ ਦਾ ਨਾਮ ਵੀ ਸੀ। ਆਪਣੇ ਟ੍ਰਾਂਸਫਰ ਨੂੰ ਰੋਕਣ ਲਈ ਸਵਰਨਕੋਟ ਨੇ ਕੌਮ ਦੇ ਜਥੇਦਾਰ ਸਾਹਿਬ 'ਤੇ 1 ਜਨਵਰੀ 1993 ਤੱਕ ਅਜਿਹਾ ਅਣਮਨੁੱਖੀ ਤਸ਼ੱਦਦ ਕੀਤਾ ਜਿਸ ਨੂੰ ਸੁਣਦਿਆਂ ਜਾਂ ਬਿਆਨ ਕਰਦਿਆਂ ਰੂਹ ਕੰਬ ਉੱਠਦੀ ਹੈ। ਜਥੇਦਾਰ ਸਾਹਿਬ ਨੂੰ 25 ਦਸੰਬਰ 1992 ਤੋਂ 1 ਜਨਵਰੀ 1993 ਦਰਮਿਆਨ
ਪਰਿਵਾਰ ਜਾਂ ਕਿਸੇ ਵੀ ਵਿਅਕਤੀ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ। ਕਿਹਾ ਜਾਂਦਾ ਜਥੇਦਾਰ ਸਾਹਿਬ ਦੀ ਇਸ ਤਸ਼ੱਦਦ ਦੌਰਾਨ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਅਤੇ ਸਰੀਰ ਦਾ ਹੇਠਲਾ ਹਿੱਸਾ ਕੰਮ ਕਰਨ ਨੂੰ ਬੰਦ ਕਰ ਗਿਆ ਸੀ। ਅੱਜ ਦੇ ਦਿਨ 1 ਜਨਵਰੀ 1993 ਸਿੱਖ ਪੰਥ ਦੇ ਜਥੇਦਾਰ ਸਾਹਿਬ ਨੂੰ ਪੁਲਿਸ ਵੱਲੋਂ ਟੁਕੜੇ ਟੁਕੜੇ ਕਰਕੇ ਸਿੱਧਵਾਂ ਬੇਟ ਦਰਿਆ ਵਿੱਚ ਵਹਾ ਦਿੱਤਾ ਗਿਆ। 4 ਜਨਵਰੀ 1993 ਸਰਕਾਰ ਵੱਲੋਂ ਅਖਬਾਰ ਵਿੱਚ ਖਬਰ ਛਾਪੀ ਗਈ ਕਿ ਜਥੇਦਾਰ ਸਾਹਿਬ ਪੁਲਿਸ ਕਸਟੱਡੀ ਵਿੱਚੋਂ ਫਰਾਰ ਹੋ ਗਏ ਹਨ। ਇਹ ਖਬਰ ਪੜ੍ਹਦਿਆਂ ਹੀ ਬੱਚਾ ਬੱਚਾ ਜਾਣ ਚੁੱਕਾ ਸੀ ਕਿ ਪੁਲਿਸ ਨੇ ਆਪਣਾ ਕਾਰਾ ਕਰ ਦਿੱਤਾ ਹੈ ਅਤੇ ਜਥੇਦਾਰ ਸਾਹਿਬ ਨਾਲ ਭਾਣਾ ਵਰਤ ਚੁੱਕਾ ਹੈ।